ਚੰਡੀਗੜ੍ਹ ਔਨਲੌਕ ਹੋ ਗਈ ਹੈ ਜਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ ਸੀ ਉਹਨਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਹੌਲੀ-ਹੌਲੀ ਖਤਮ ਕੀਤਾ ਜਾ ਰਿਹਾ ਕਿਉਂਕਿ ਕਰੋਨਾ ਦੇ ਕੇਸ ਕਾਫੀ ਹੁਣ ਸ਼ਹਿਰ ਦੇ ਵਿੱਚ ਘਟ ਚੁੱਕੇ ਨੇ ਇਸ ਵਕਤ ਅਸੀਂ ਸੁਖਨਾ ਲੇਖਤਿਆਂ ਜਿੱਥੇ ਲੋਕਾਂ ਦੀ ਰੌਣਕ ਦੇਖਣ ਨੂੰ ਮਿਲ ਰਹੀ ਹੈ ਤੇ ਸਾਈਕਲਿੰਗ ਕਰਨ ਵਾਲਿਆਂ ਦੀ ਵੀ ਇੱਥੇ ਪਰਮਾਰ ਹੈ ਤੇ ਇੱਥੇ ਜਿਹੜੇ ਲੋਕ ਆਏ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹਨੇ ਦਿਨ ਬਾਅਦ ਜਿਹੜੀ ਪਾਬੰਦੀਆਂ ਨੇ ਉਹਨਾਂ ਨੂੰ ਹਟਾਇਆ ਗਿਆ ਕਿ ਇਹਨਾਂ ਦਾ ਹੁਣ ਇਸ ਬਾਰੇ ਕੀ ਕਹਿਣਾ ਹੈ ਸਰ ਕੀ ਨਾਮ ਹੈ ਪਹਿਲਾਂ ਦਾ ਚੰਦਨ ਇਨੇ ਦਿਨ ਬਾਅਦ ਜਦੋਂ ਪਾਬੰਦੀਆਂ ਹਟਾਈਆਂ ਗਈਆਂ ਨੇ ਮੁਰ ਤੋਂ ਲੇਕ ਓਪਨ ਹੋਈ ਹੈ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਅੱਜ ਤੱਕ ਰਿਹਾ ਹੈ ਐਕਸਪੀਰੀਅੰਸ ਬੇਸ਼ੱਕ ਵਧੀਆ ਰਿਹਾ ਚੰਡੀਗੜ੍ਹ ਇੱਕ ਬਹੁਤ ਬਿਊਟੀਫੁਲ ਸਿਟੀ ਹੈ ਨੋ ਡਾਊਟ ਸ਼ੁਰੂ ਤੋਂ ਹੀ ਸਾਈਕਲਿੰਗ ਦਾ ਤੇ ਰਨਿੰਗ ਦਾ ਇੱਥੇ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਆਪਾਂ ਕਿ ਲੋਕ ਬਹੁਤ ਜ਼ਿਆਦਾ ਉਤਾਰੂ ਰਹਿੰਦੇ ਇਸ ਚੀਜ਼ ਵਾਸਤੇ ਫਿਟਨੈਸ ਵਾਸਤੇ ਕਿ ਭਾੜਾ ਲਿਖਿਆ ਸ਼ਹਿਰ ਹੈ ਉਸ ਕਰਕੇ ਥੋੜਾ ਜਿਹਾ ਪਿਕੋਸ਼ਨ ਜ਼ਿਆਦਾ ਰੱਖ ਕੇ ਲੋਕਾਂ ਨੇ ਬਹੁਤ ਵਧੀਆ ਮਤਲਬ ਆਪਣੇ ਆਪ ਸਪੋਰਟ ਦਿੱਤਾ ਹੈ ਕਰੋਨਾ ਤੋਂ ਬਚਣ ਵਾਸਤੇ ਤੇ ਕ उस तो अलावा रेगुलर अचक सैक्लिंग थोड़ा ज़्यादा हो गया बिकॉज लेक बंद रहीडाउन इसका बहुत अफैक्ट है लोगों के वाक वूक नहीं कर पाते लोगों ने सइकलिंग ज़्यादा प्रैफर की अचक इस करके आप सलिंग थोड़ा ज़्यादा प्रमोट कर रहे अच्छा तुम देखो यंगस्टर तो लैके सब एज के ग्रुप सारे सइकलिंग ज़्यादा प्रैफर कर रहे हैं आजकर, ਅੱਛਾ ਇੰਨੇ ਦਿਨ ਬਾਅਦ ਕੀ ਕਹਿਣਾ ਚਾਹੋਗੇ ਕਿ ਹੁਣ ਕੋਵਿਡ ਦਾ ਥੋੜਾ ਡਰ ਹੈ ਜਾਂ ਘਟਿਆ ਕਿਉਂਕਿ ਕੇਸ ਤਾਂ ਚਲੋ ਘਟ ਗਏ ਨੇ ਪਰ ਖਤਰਾ ਤਾਂ ਬਣਿਆ ਹੀ ਹੋਇਆ ਨਹੀਂ ਖਤਰਾ ਤਾਂ ਬਣਿਆ ਹੈ ਨੋ ਡਾਊਟ ਉਤਰ ਰਹੇਗਾ ਜਦ ਤੱਕ ਕੋਵਿਡ ਪੂਰੀ ਤਰ੍ਹਾਂ ਕੰਪਲੀਟ ਨਹੀਂ ਹੋ ਜਾਂਦਾ ਆਊਟ ਆਫ ਇੰਡੀਆ ਚਲਾ ਨਹੀਂ ਜਾਂਦਾ ਗੈਲੋ ਜਾਂ ਖਤਮ ਨਹੀਂ ਹੋ ਜਾਂਦਾ ਉਹਦਾ ਖਤਰਾ ਤਾਂ ਬਣਿਆ ਹੀ ਰਹੇਗਾ ਪ੍ਰੀਕਾਸ਼ਨਸ ਤਾਂ ਲੈਣੀਆਂ ਹੀ ਪੈਣਗੀਆਂ ਆਪਾਂ ਨੂੰ ਸਾਰਿਆਂ ਨੂੰ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਆ ਰਹੇ ਹੋ ਤੇ ਜਿਹੜੀ ਆਪਣੀ ਐਕਸਰਸਾਈਜ਼ ਇੱਥੇ ਕਰਦੇ ਨਹੀਂ ਬਚਪਨ ਤੋਂ ਇੱਥੇ ਰਹਿੰਦੇ ਚੰਡੀਗੜ੍ਹ ਦੇ ਰਹਿਣ ਵਾਲੇ ਆ ਸ਼ੁਰੂ ਤੋਂ ਇੱਥੇ ਰਹੇ ਆ ਤੇ ਅਸਾ ਕੁਛ ਨਹੀਂ ਹੈ ਕਿ ਅਸੀਂ ਨਹੀਂ ਆਂਦੇ ਆ ਰੈਗੂਲਰਿਟੀ ਘਟ ਜਾਂਦੀ ਹੈ ਕੋਵਿਡ ਹੋਣ ਕਰਕੇ ਲਾਕਡਾਊਨ ਹੋਣ ਕਰਕੇ ਉਹ ਥੋੜਾ ਫਿਰ ਦੁਬਾਰਾ ਪੁਲ ਅਪ ਕਰਨਾ ਮੁਸ਼ਕਲ ਹੋ ਜਾਂਦਾ ਆਪਣੇ ਆਪ ਨੂੰ ਖਸ਼ੂਰ ਤੋਂ ਇੱਥੇ ਆnde ਜਾਂਦੇ ਰਹੇ ਅੱਛਾ ਅੱਜ ਇੰਨੇ ਦਿਨ ਬਾਅਦ ਤੁਸੀਂ ਦੁਬਾਰਾ ਤੋਂ ਐਕਸਰਸਾਈਜ਼ ਕਰ ਰਹੇ ਹੋ ਕਿ ਪਹਿਲਾਂ ਮੁਸ਼ਕਲ ਆਈ ਕਿ ਦੁਬਾਰਾ ਤੋਂ ਐਕਸਰਸਾਈਜ਼ ਸ਼ੁਰੂ ਕਰਨੀ ਬਿਲਕੁਲ ਜੀ ਲੇਕ ਆਪਣੀ ਕਾਫੀ ਦਿਨ ਵਾਸਤੇ ਬੰਦ ਰਹੀ ਸੀ ਤੇ ਆਪਾਂ ਬਾਹਰ ਸੜਕ ਤੇ ਹੀ ਸਾਈਕਲਿੰਗ ਕਰਦੇ ਸੀ ਪਰ ਅੱਜ ਲੇਕ ਖੁੱਲ ਗਿਆ ਅਸੀਂ ਵੀ ਸਾਨੂੰ ਅੱਛਾ ਲੱਗਿਆ ਕਿ ਅਸੀਂ ਉਹਦੇ ਅੰਦਰ ਆ ਕੇ ਫੋਟੋ ਲਈਏ ਮੇਰੇ ਸਾਥੀ ਸਾਰੇ ਕਾਫੀ ਉਤਸ਼ਾਹਿਤ ਸੀ ਕਿ ਆਪਾਂ ਫੋਟੋ ਕਿਚਾਈਏ ਇੱਥੇ ਤੇ ਲੇਕ ਖੁੱਲਣ ਦਾ ਲਫ ਲੈਏ ਪਰ ਸਾਨੂੰ ਵੀ ਥੋੜਾ ਸਤਰਕ ਰਹਿਣਾ ਪੈਗਾ ਕਾਜ਼ ਕੋਰੋਨਾ ਦਾ ਜ ਟਾਈਮ ਹੈ ਹੁਣੇ ਵੀ ਹੈ ਚਾਹੇ ਕੇ ਤਾਕੀ ਆਪਾ ਪੂਰੇ ਮਾਸ ਲਈ ਪਾਈਏ ਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰੀਏ ਹੋਰ ਵੀ ਇੱਥੇ ਜੋ ਸਾਈਕਲਿੰਗ ਕਰਨਾ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਕੀ ਨਾਮ ਵਰਨ ਸੂਰੀ ਕੀ ਕਹਿਣਾ ਚਾਹੋਗੇ ਅੱਜ ਪ੍ਰਸ਼ਾਸਨ ਨੇ ਜਿਹੜੀ ਹੁਣ ਢਿੱਲ ਦਿੱਤੀ ਹੈ ਕਾਫੀ ਕੁਝ ਖੋਲ ਦਿੱਤਾ ਹੈ ਮਾਲ ਵਗੈਰਾ ਵੀ ਦੁਕਾਨਾਂ ਦਾ ਵੀ ਸਮਾਵਧਾਇਆ ਗਿਆ ਤੇ ਖਾਸ ਕਰਕੇ ਲੇਕ ਨੂੰ ਖੋਲਿਆ ਗਿਆ ਬਿਲਕੁਲ ਵਧੀਆ ਕੀਤਾ ਹੈ ਕਿ ਤਾਂਕਿ ਥੋੜਾ ਵਰਕਆਊਟ ਜ਼ਿਆਦਾ ਹੋ ਸਕੇ ਸਾਡਾ ਕਸੀ ਮਹੱਲੇ ਸਾਈਕਲਿੰਗ ਤੇ ਹੀ ਜੋਰ ਦੇ ਪਾਰੇ ਰਨਿੰਗ ਐਕਸਰਸਾਈਜ਼ ਤੇ ਵੀ ਆ ਸਕਦੇ ਆਂ ਈਵਨ ਫੈਮਿਲੀ ਨੂੰ ਲਿਆ ਕੇ ਥੋੜਾ ਯਾਰ ਸੋਸ਼ਲ ਡਿਸਟੈਂਸ ਉਹ ਚੀਜ਼ ਦੀ ਬਹੁਤ ਜ਼ਰੂਰੀ ਹੈ ਲਾਕਡਾਊਨ ਦੇ ਵਿੱਚ ਇਹ ਸੀਗਾ ਪਾਬੰਦੀ ਕਿ ਕਿ ਕਰਦੇ ਵਿੱਚ ਬੰਦ ਕੋਈ ਨਾ ਬੱਚੇ ਨੂੰ ਲਿਜਾ ਸਕੀਏ ਨਾ ਕਿਤੇ ਆਪਾਂ ਨਿਕਲ ਸਕੀਏ ਉਹ ਜ਼ਿਆਦਾ ਹੋ ਗਿਆ ਸੀ ਬਾਕੀ ਇਹ ਕਿ ਮਾਸਕ ਲਗਾ ਕੇ ਸੋਸ਼ਲ ਡਿਸਟੈਂਸਿੰਗ ਨਾਲ ਤੁਸੀਂ ਆਪਣਾ ਆਰਾਮ ਨਾਲ ਘੁੰਮ ਫਿਰ ਸਕਦੇ ਹੋ ਕੋਈ ਉਹ ਜੀ ਗੱਲ ਨਹੀਂ ਹੈ ਤੇ ਲੈਕ ਦੇ ਵਿੱਚ ਆ ਕੇ ਤੁਸੀਂ ਆਪਣਾ ਇੰਜੋਏ ਕਰੋ ਨੇਚਰ ਤੇ ਸਭ ਤੋਂ ਵਧੀਆ ਚੀਜ਼ ਹੋਈ ਹੈ ਬਹੁਤ ਅੱਛਾ ਲੱਗ ਰਿਹਾ ਹੈ ਔਰ ਲੋਕ ਕਾਫੀ ਲੋਕ ਯਹਾਂ ਪਰ ਮੈਂ ਸਵੇਰੇ ਸੇ ਦੇਖ ਰਿਹਾ ਮੈਂ 6 ਵਜੇ ਆਇਆ ਤਾਂ ਕਾਫੀ ਲੋਕ ਆਏ ਔਰ ਅੱਛਾ ਹੈ ਭਾਈ ਸਾਹਿਬ এনवायरमेंट ਕੇ ਸਾਥ ਜੁੜ ਕੇ ਔਰ ਯਹੀ ਹੈ अगर आदमी का शरीर स्वस्थ रहता है और हमने अभी कोरोना काल में देख ही लिया जिनका इम्यून सिस्टम अच्छा था वो बचे भी हैं उन्होंने सर्वाइव भी किया है और मैं ये तो जीवन के लिए बहुत जरूरी है आप जो जैसे खाना खाते हैं उस लिए उसी तरह से एक्सरसाइज सैर करना खुली हवा में सांस लेना क्योंकि जितना आपके लंग्स काम करेंगे उतना ये वैसे करोना तो पर अटैक ही लंग्स पे करता था और जो हेल्दी थे वो सर्वाइव किया ही है सब ने काफी अच्छा लग रहा है कितने दिनों से हम घर में बैठे हुए थे साइकिल्स पे भी नहीं जा पाते थे पर आज काफी दिनों बाद लेक पे आए अच्छा लग रहा है फ्रेश एयर बाहर निकल के बढ़िया एक्सरसाइज वगैरह हो जाती है बाहर निकल के आज काफी दिनों बाद खुली है तो मज़ा आ रहा है मुश्किल तो होती थी घर में रहना पड़ता था थोड़ी आउटिंग भी नहीं होती थी फिर ऑनलाइन क्लासेस ऊपर से आज थोड़ा खुल के अच्छा लग रहा है क्या करते हम प्लस टू में पढ़ रहा हूँ मैं करते हाँ ऑलमोस्ट आते थे हफ्ते में दो तीन बार तो आ ही जाते थे पर अब काफ़ी दिनों से नहीं आए थे हाँ थोड़ा सा ऑकवर्ड लगता है साइकिल काफ़ी दिनों बाद चलाने के बावजूद पर फिर भी ठीक है इतना ज़्यादा फील नहीं हुआ काफ़ी अच्छा लग रहा है इतने दिनों से घर में बंद रहना पड़ रहा था कहीं बाहर भी नहीं जा पाए थे घर में रह के बोर हो गए थे तो बाहर आज फ्रेश एयर में आके अच्छा लग रहा है काफ़ी और यहाँ ये भी दिख रहा है कि काफ़ी ज़्यादा लोग आ रहे हैं अपनी साइकिलिंग कर रहे हैं घर में बंद रहना पड़ पड़ता है सबको तो 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 उसका डर तो है ही अब क्या करें पर एक्सरसाइज भी तो नहीं छोड़ सकते एक्सरसाइज भी जरूरी है हेल्थ के लिए अगर हेल्थ नहीं बढ़िया रहेगी तो कोविड होना ज़्यादा ईजी है लेक तो बिना लाइफ कुछ नहीं है एकदम तो। नंबर दो जब लेक बंद हुई है एक्सरसाइज से काफ़ी इफेक्ट पे है अस एक्सरसाइज करते रहे पार्क जाते रहे बट जो लेक है नेचर वो कितने भी नहीं है इस वर्ग का एक ਏ 오픈 ਰਣੀ ਚਾਹੀਦੀ ਹੈ ਸਾਨੂੰ ਡਿਸਟੈਂਸ ਰੱਖਣਾ ਚਾਹੀਦਾ ਹੈ ਮਾਸ ਲਗਾਉਣਾ ਚਾਹੀਦਾ ਹੈ ਅਸੀਂ ਰਿਕਵੈਸਟ ਕਰਾਂਗੇ ਸਾਰਿਆਂ ਨੂੰ ਕਿ ਲਗਾ ਕੇ ਰੱਖੋ ਤਾਂ ਕਿ ਲੇਕ ਸਾਡੇ ਲਈ 오픈 ਰਹੇ ਲੇਕ ਨਾਲ ਹੀ ਲਾਈਫ ਹੈ ਕਿ ਲੇਕ ਖੁੱਲਣਗੇ ਤਾਂ ਹਮੇ ਬਹੁਤ ਖੁਸ਼ੀ ਹੈਂ ਭਗਵਾਨ ਸਭ ਕੁਝ ਐਸੇ ਠੀਕ ਠਾਕ ਰੱਖੇ ਲੇਕ ਕੇ ਉੱਪਰ ਆ ਜਾਣਾ ਐਸੇ ਹੈ ਜਿਵੇਂ ہمارے ਲਈ ਤਿਹਾਰ ਹੁੰਦਾ ਹੈ ਕੋਈ ਬਹੁਤ ਅੱਛਾ ਲੱਗ ਰਿਹਾ ਹੈ ਔਰ ਅੱਬ ਜਦੋਂ ਬੰਦਾ ਸੀ ਕੈਸੇ ਆਪਣੇ ਆਪ ਕੋਈ ਤਰ੍ਹਾਂ ਬੰਦ ਤਾਂ ਫਿਰ ਗਰਮੇਂ ਐਕਸਰਸਾਈਜ਼ ਕਰਤੇ ਸੀ ਥੋੜੀ ਬਹੁਤ ਯਹਾਂ ਪਾਰਕ ਮੇ ਸਾਹਮਣੇ ਸੈਰ ਕਰ ਲੇਤੇ ਸੀ ਸਵੇਰ पर जो लेक का मजा है शहर का वो अलग ही है आई थिंक ये बहुत अच्छा डिसीजन है बिकॉज वर्किंग इन द इनवाइ इन ओपन इट्स रियली गुड कनेक्टिंग अच्छा लगता है करना on the lake. People feel fresh, एक डिसीजन so nice पिछले 30 साल से लेक पे कर रहा हूं तो आ, अभी ये बंद हुआ तो लेक पे बंद हुआ तो बड़ा मिस कर रहे थे सब लोग शहर में इधर उधर भागते रहे लेकिन वो मज़ा नहीं है जो लेक पे मज़ा है आ, बहुत मज़ा आया यहाँ पे हम चंडीगढ़ डिस्टेंस रनर एक रनिंग ग्रुप है आ, हम 200 लोग ऐसे इकट्ठे होकर दौड़ते हैं तो लेक पे हमारा मेन वो रहता है डेली का डेली का वो रहता है जिसमें 10-12 किलोमीटर हर रोज़ दौड़ते हैं और संडे को हम 21 किलोमीटर दौड़ते हैं नहीं एक्सरसाइज तो कहीं पे भी कर लेते हैं लेकिन लेक का अपना ही चाम है जी ये लाइफ लाइन ही है आज हम जब दौड़ रहे थे सुबह यही बात कर रहे थे कि ये लाइफ लाइन है जी हमारी रनर्स के लिए वॉकर्स के लिए खास करके जो इतने सालों से यहाँ पे आ रहे हैं बहुत अच्छा स्टेप है स्पेशली फॉर फिटनेस लवर्स जिनको वॉक करना अच्छा लगता है ऐसे एरिया में जहाँ ट्रैफिक नहीं होता और ग्रीनरी है और प्योर एयर है सो एक अच्छा स्टेप है और पूरा चक्कर लगाना सुखना का और ट्रेल में जाना सबको बहुत पसंद है और अ, हम तो सुबह उठते ही वी वर द फर्स्ट वंस टू कम एंड वी वर रियली एक्साइटेड सो हमने तो पूरा इन्जॉय किया वी मेड द मोस्ट ऑफ़ द मॉर्निंग सिक्स किलोमीटर्स अपनी वॉक करके अब हम पार्किंग प्लॉट में आ गए हैं is the heart of the city. तो वी वी जस्ट लव सुखना लाइक एनी थिंग तो जब हमें पता चला शाम को कि सुपना खुलने वाली है सुबह पाँच बजे वी मेड इट अ पॉइंट कि वी आर हेयर एट द ओपनिंग सेरेमनीपन द सुखना टू हग इट टू लव इट एंड वी एक्चुअली डिट इट मीन्स ना वी वर सो हैप्पी वी विस्ड एवरी वन हुस वॉकिंग अराउंड सुखना कि फाइनली इट इज़ ओपन वी वर सो हैप्पी टू बी हेयर

ਹਾਂਜੀ ਨਹੀਂ ਠੀਕ ਕੀਤਾ ਇਹ ਡਿਸੀਜਨ ਹੁਣ ਕੇਸ ਤਾਂ ਘੱਟ ਹੋ ਗਿਆ ਬਾਕੀ ਲੋਕਾਂ ਨੂੰ ਪ੍ਰੀਕੌਸ਼ਨ ਤਾਂ ਲੈਣੀ ਪਊਗੀ ਹੁਣ ਬਿਮਾਰੀ ਤਾਂ ਇੱਕ ਵਾਰ ਆ ਗਈ ਉਹ ਜਬ ਪੂਰੀ ਤਾਂ ਖਤਮ ਹੋਣੀ ਨਹੀਂ ਕਦੇ ਵੀ ਤਾਂ ਉਹ ਤਾਂ ਥੋੜੀ ਰਹੂਗੀ ਮੈਨੂੰ ਵੀ ਲਾਸਟ ਮੰਥ ਹੋ ਗਿਆ ਸੀ ਕੋਵਿਡ ਪਰ ਠੀਕ ਹੈ 15 ਦਿਨ ਬਾਅਦ ਰਿਕਵਰ ਹੋ ਗਿਆ ਤੇ ਹੁਣ ਆ 10 ਦਿਨਾਂ ਤੋਂ ਸਾਈਕਲਿੰਗ ਦੁਆਰਾ ਸਟਾਰਟ ਕੀਤੀ ਹੈ ਵੈਸੇ ਲਾਸਟ ਈਅਰ ਸਟਾਰਟ ਕੀਤੀ ਸੀ ਮੈਂ ਸਾਈਕਲਿੰਗ ਕਿਵੇਂ ਦਾ ਤੁਹਾਡਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ ਕਿ ਕਿਵੇਂ ਤੁਸੀਂ ਆਪਣੇ ਆਪ ਨੂੰ ਬੂਸਟ ਅਪ ਕੀਤਾ ਕਿਵੇਂ ਧਿਆਨ ਰੱਖਿਆ ਕੋਵਿਡ ਹੋਮ ਆਈਸੋਲੇਸ਼ਨ ਹੀ ਕੀਤੀ ਤੇ ਬਾਕੀ ਬਸ ਥੋੜਾ ਡਾਈਟ ਵੱਲ ਧਿਆਨ ਤੇ ਥੋੜਾ ਬਾਕੀ ਤਾਂ ਜੋ ਹੋਈ ਹੁੰਦਾ ਆਕਸੀਜਨ ਲੈਵਲ ਥੋੜੇ ਐਕਸਰਸਾਈਜ਼ ਸ਼ੁਰੂ ਕੀਤੀ ਆ ਆਕਸੀਜਨ ਵਾਲੀਆਂ ਪਹਿਲਾਂ ਤਾਂ ਕਦੇ ਕੀਤੀਆਂ ਨਹੀਂ ਸੀ ਲੰਗਸਲੀ ਉਹ ਐਕਸਰਸਾਈਜ਼ ਸਟਾਰਟ ਕੀਤੀਆਂ ਫਿਰ ਹੌਲੀ ਹੌਲੀ ਵਾਕ ਸ਼ੁਰੂ ਕੀਤੀ ਥੋੜਾ ਵੀਕਨੈਸ ਤਾਂ ਰਹੀ ਆ ਸ਼ੁਰੂ ਸ਼ੁਰੂ ਚ ਹੁਣ ਥੋੜਾ ਆਤ ਪੈ ਰਹੀ ਆ ਬੋਡੀ ਨੂੰ ਹੌਲੀ ਹੌਲੀ ਅੱਜ ਫਿਰ ਕਿੰਨਾ ਟਾਈਮ ਤੁਸੀਂ ਐਕਸਰਸਾਈਜ਼ ਕੀਤੀ ਸਾਈਕਲਿੰਗ ਰੈਗੂਲਰ 2 ਤੋਂ 3 ਘੰਟੇ ਤੱਕ ਕਰ ਲਈਦੀ ਆ ਸਵੇਰੇ ਹੁਣ ਕੁੱਲ ਜਿਹੜੇ ਇੱਥੇ ਚੰਡੀਗੜ੍ਹ ਦੇ ਲੋਕ ਨੇ ਇਹ ਕਾਫੀ ਖੁਸ਼ ਨੇ ਕਿ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਇੱਥੇ ਢਿੱਲ ਦਿੱਤੀ ਗਈ ਹੈ ਤੇ ਨਾਲ ਹੀ ਇਹਨਾਂ ਦਾ ਕਹਿਣਾ ਕਿ ਫਿਟਨੈਸ ਬਹੁਤ ਜ਼ਰੂਰੀ ਹੈ ਆਪਣੇ ਆਪ ਨੂੰ ਫਿੱਟ ਰੱਖਣ ਦੇ ਲਈ ਤਾਂ ਕਿ ਜਿਹੜੀ ਕਰੋਨਾ ਦੀ ਬਿਮਾਰੀ ਆ ਉਸ ਤੋਂ ਵੀ ਬਚਾ ਜਾ ਸਕਦਾ ਕੈਮਰਾਮੈਨ ਸੰਦੀਪ ਦੇ ਨਾਲ ਹਰਪਿੰਦਰ ਸਿੰਘ এবੀਪੀ ਸੰਜਾ ਚੰਡੀਗੜ੍ਹ